ਹਲਕੀ ਹਲਕੀ ਬਾਰਿਸ਼ ਹੁੰਦੀ ਰਹੀ ਹੈ ਜਿਉਂ ਅਸੀਂ ਚੱਲੇ ਹਾਂ। ਅਤੇ ਪਾਲਮਪੁਰ ਤੋਂ ਅਗਲੇ ਪਾਸੇ ਆ ਜਿੰਨੇ ਵੀ ਬਾਗ ਆ ਸਾਈਡਾਂ ਦੇ ਉੱਤੇ, ਇਹ ਸਾਰੇ ਚਾਹ ਪੱਤੀ ਦੇ ਹੈਗੇ ਆ। ਸਾਹਮਣੇ ਲਾਲ ਬੋਰਡ ਲੱਗਾ ਸ਼ਿਵ ਮੰਦਿਰ ਪ੍ਰੀਸ਼ਰ ਬੈਜਨਾਥ, ਇੱਥੇ ਹੈਗੀ ਆ ਪਾਰਕਿੰਗ ਵਗੈਰਾ ਲਗਾ ਕੇ ਅੱਗੇ ਦੇਖਦੇ ਹਾਂ ਆਪਾਂ। ਆਹ ਦੇਖੋ ਇੱਧਰਲੇ ਪਾਸੇ ਇਹ ਸਾਰਾ ਪਾਣੀ ਇੱਥੇ ਇਕੱਠਾ ਹੋ ਕੇ ਗਾਂਹ ਦੀ ਗਾਂਹ ਜਾ ਕੇ ਜਿਹੜੀਆਂ ਵੱਡੀਆਂ ਨਦੀਆਂ ਹੈਗੀਆਂ ਜਿੱਦਾਂ ਸਤਲੁਜ ਬਿਆਸ ਉਹਨਾਂ 'ਚ ਪੈ ਜਾਂਦਾ। ਦੇਖੋ ਇੱਧਰਲੇ ਪਾਸੇ ਵਿਊ, ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਆ ਜਾਓ ਜੀ, ਆਪਾਂ ਪਾਲਮਪੁਰ ਦੇ ਕੋਲ ਹਾਂ, ਪਾਲਮਪੁਰ ਨਾਲ ਹੀ ਚੱਲੇ ਹਾਂ ਅਤੇ ਅਗਲੇ ਪਾਸੇ ਆਪਾਂ ਬੈਜਨਾਥ ਜਾਣਾ। ਉੱਥੇ ਦੇ ਵਿਊ ਬਹੁਤ ਸ਼ਾਨਦਾਰ ਹੁੰਦੇ ਆ, ਮੈਂ ਦਿਖਾਲਦਾ ਤੁਹਾਨੂੰ ਜਾ ਕੇ। ਅਤੇ ਰਾਸਤਾ ਦੇਖੋ ਤੁਸੀਂ ਕਿੰਨਾ ਸੋਹਣਾ ਆ ਇੱਧਰਲਾ ਏਰੀਆ ਇਲਾਕਾ, ਚਾਹੇ ਗਰਮੀਆਂ ਜਾਓ ਚਾਹੇ ਸਰਦੀਆਂ ਜਾਓ, ਇੱਥੇ ਹਫ਼ਤੇ 'ਚ ਇੱਕ ਅੱਧੀ ਵਾਰੀ ਬੂੰਦਾਬਾਂਦੀ, ਇੱਕ ਹਫ਼ਤੇ 'ਚ ਕੀ ਤਕਰੀਬਨ ਰੋਜ਼ ਹੀ ਥੋੜ੍ਹਾ ਬਹੁਤ ਮੀਂਹ ਪੈ ਹੀ ਜਾਂਦਾ ਹੁੰਦਾ। ਇਸੇ ਕਰਕੇ ਇੱਥੇ ਆਪਣੇ ਪਿੱਛੇ ਗੋਪਾਲਪੁਰ, ਉਸ ਤੋਂ ਬਾਅਦ ਆ ਪਾਲਮਪੁਰ ਦਾ ਜਿੰਨਾ ਏਰੀਆ ਆ, ਇੱਥੇ ਸਾਰੇ ਹੀ ਜਿਹੜੀ ਆਪਣੇ ਹੁੰਦੀ ਆ ਚਾਹ ਪੱਤੀ ਉਹਦੇ ਬਾਗ ਹੈਗੇ ਆ। ਅਤੇ ਦੋ ਬਿੱਲੀਆਂ ਆਪਣੇ ਮੂਹਰੇ ਲੰਘ ਕੇ ਗਈਆਂ, ਕਹਿੰਦੇ ਹੁੰਦੇ ਵੀ ਬਿੱਲੀ ਰਾਸਤਾ ਕੱਟ ਜਾ ਮਾੜਾ ਹੁੰਦਾ, ਪਰ ਆਪਣੇ ਮੂਹਰਿਓ ਇੱਕ ਨੇ ਰਾਸਤਾ ਕੱਟਤਾ ਅਤੇ ਦੂਜੇ ਨੇ ਆਪਣਾ ਰਾਸਤਾ ਸਹੀ ਕਰ ਦਿੱਤਾ, ਸਹੀ ਹੈ ਨਾ। ਅਤੇ ਜੰਗਲ ਦੇਖੋ ਤੁਸੀਂ, ਬਾਹਲਾ ਮਤਲਬ ਸੋਹਣਾ ਨਜ਼ਾਰਾ ਚਾਰੇ ਪਾਸੇ ਦਾ, ਜਿੱਧਰ ਦੇਖੋ ਹਰਿਆਲੀ ਹਰਿਆਲੀ, ਪੂਰਾ ਨਜ਼ਾਰਾ ਫੁੱਲ ਆ ਇੱਧਰਲੇ ਪਾਸੇ। ਜਦੋਂ ਵੀ ਟਾਈਮ ਨਿਕਲਦਾ ਆਪਣੇ ਰਜੇਵਿਆਂ ਦੇ ਵਿੱਚੋਂ ਤਾਂ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਘੁੰਮਣ ਫਿਰ ਨਿਕਲਣਾ ਚਾਹੀਦਾ ਆ। ਜ਼ਰੂਰੀ ਨਹੀਂ ਕਿ ਖਰਚਾ ਬਹੁਤ ਜ਼ਿਆਦਾ ਕਰਨਾ, ਖਰਚਾ ਭਾਵੇਂ ਹਿਸਾਬ ਨਾ ਕਰ ਲਓ। ਮਿਲਦੇ ਹਾਂ ਆਪਾਂ ਬੈਜਨਾਥ ਜਾ ਕੇ, ਬੱਦਲ ਉੱਥੇ ਆਮ ਥੱਲੇ ਹੀ ਆਏ ਹੁੰਦੇ ਆ, ਦਿਖਾਲਦੇ ਤੁਹਾਨੂੰ ਉੱਥੇ ਜਾ ਕੇ। ਜੁੜੇ ਰਹੋ ਚੈਨਲ ਦੇ ਨਾਲ। ਹਿਮਾਚਲ 'ਚ ਜਿਹੜੇ ਟਿੱਪਰ ਹੈ ਨਾ ਉਹ ਥੋੜ੍ਹੇ ਛੋਟੇ ਚੱਲਦੇ ਆ, ਬਾਹਲੇ ਵੱਡੇ ਨਹੀਂ ਚੱਲਦੇ, ਅਤੇ ਸਿਰਫ ਸੈਂਪਲ ਲਿਖਿਆ ਹੋਇਆ। ਅੱਗੇ ਤਾਂ ਸ਼ੇਰੋ ਸ਼ਾਇਰੀ ਬਹੁਤ ਕੀਤੀ ਹੁੰਦੀ ਸੀ, ਬਸ ਇਸ ਟਰੱਕ ਦੇ ਪਿੱਛੇ ਇੱਕੋ ਸ਼ੇਰ ਲਿਖਿਆ, ਜਲੋ ਮਤ ਰੀਸ ਕਰੋ। ਗੱਲ ਵੀ ਸਹੀ ਆ ਵੀ ਕਿਸੇ ਵੱਲ ਦੇਖ ਕੇ ਸਾਨੂੰ ਸੜਨਾ ਨਹੀਂ ਚਾਹੀਦਾ, ਬਲਕਿ ਰੀਸ ਕਰਨੀ ਚਾਹੀਦੀ। ਹਲਕੀ ਹਲਕੀ ਬਾਰਿਸ਼ ਹੁੰਦੀ ਰਹੀ ਹੈ ਜਿਉਂ ਅਸੀਂ ਚੱਲੇ ਹਾਂ। ਅਤੇ ਪਾਲਮਪੁਰ ਤੋਂ ਅਗਲੇ ਪਾਸੇ ਆ ਜਿੰਨੇ ਵੀ ਬਾਗ ਆ ਸਾਈਡਾਂ ਦੇ ਉੱਤੇ, ਇਹ ਸਾਰੇ ਚਾਹ ਪੱਤੀ ਦੇ ਹੈਗੇ ਆ। ਬਹੁਤ ਲੰਬਾ ਚੌੜਾ ਏਰੀਆ ਹੈ ਇਹ। ਇਹ ਚਾਹ ਪੱਤੀ ਅੰਗਰੇਜ਼ਾਂ ਟਾਈਮ ਤੋਂ ਇੱਥੇ ਬੀਜੀ ਜਾਂਦੀ ਆ, ਅਤੇ ਉਹ ਹੀ ਲੈ ਕੇ ਆਏ ਸੀਗੇ, ਅਤੇ ਉਦੋਂ ਤੋਂ ਇਹ ਲਗਾਤਾਰ ਇੱਥੇ ਇਲਾਕਾ ਵਧੀਆ ਸੀਗਾ, ਇਸ ਕਰਕੇ ਇਹਨਾਂ ਨੇ, ਕਿਉਂਕਿ ਬਾਰਿਸ਼ ਵਗੈਰਾ ਅਕਸਰ ਹੁੰਦੀ ਰਹਿੰਦੀ ਆ। ਚਾਹ ਪੱਤੀ ਦੇ ਬੂਟਿਆਂ ਨੂੰ ਉੱਪਰ ਇਹਦੇ ਪੱਤਿਆਂ 'ਤੇ ਜਿੰਨਾ ਪਾਣੀ ਪਵੇ ਉਨਾ ਜ਼ਿਆਦਾ ਵਧੀਆ ਹੁੰਦਾ, ਅਤੇ ਜੜ੍ਹਾਂ 'ਚੋਂ ਪਾਣੀ ਨਿਕਲਦਾ ਰਹੇ, ਜੜ੍ਹਾਂ 'ਚ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ। ਤੋ ਇਹ ਜਿਹੜਾ ਇਲਾਕਾ ਸੀਗਾ ਕਾਫੀ ਇਸ ਚੀਜ਼ ਦੇ ਅਨੁਕੂਲ ਸੀਗਾ, ਇਸ ਫਸਲ ਲਈ ਅਨੁਕੂਲ ਸੀ, ਤਾਂ ਅੰਗਰੇਜ਼ਾਂ ਨੇ ਇੱਥੇ ਲਿਆ ਕੇ ਚਾਹ ਪੱਤੀ ਦੇ ਬਾਗ ਲਵਾ ਦਿੱਤੇ। ਉਦੋਂ ਤੋਂ ਇਹ ਚੱਲਦੇ ਆ ਰਹੇ ਆ ਹਜੇ ਤੱਕ। ਇਲਾਕਾ ਵੀ ਕਾਫੀ ਸਮ੍ਰਿੱਧ ਹੈ, ਤੁਸੀਂ ਦੇਖ ਸਕਦੇ ਵਿਊ, ਦੇਖੋ ਕਿੰਨਾ ਸ਼ਾਨਦਾਰ ਹੈ। ਹੈ ਬੱਦਲ ਹੈ ਹਮੇਸ਼ਾ ਹੀ, ਕੱਲ੍ਹ ਦੇ ਜਦੋਂ ਦੇ ਅਸੀਂ ਚੱਲੇ ਹੋਏ ਹਾਂ ਜਵਾਲਾ ਜੀ ਤੋਂ ਅੱਗੇ, ਸਾਨੂੰ ਇੱਦਾਂ ਦਾ ਹੀ ਮਾਹੌਲ ਮਿਲਿਆ, ਕਿਤੇ ਬਾਰਿਸ਼ ਹੋਣ ਲੱਗ ਪੈਂਦੀ ਅਤੇ ਕਿਤੇ ਹਟ ਜਾਂਦੀ। ਜਦੋਂ ਅਸੀਂ ਚਿੰਤਪੁਰਨੀ ਤੋਂ ਜਵਾਲਾ ਜੀ ਨੂੰ ਜਾ ਰਹੇ ਸੀ ਤਾਂ ਉਦੋਂ ਕਾਫੀ ਜ਼ੋਰ ਨਾਲ ਬਾਰਿਸ਼ ਆਈ, ਅਤੇ ਅਸੀਂ ਤਾਂ ਉੱਥੋਂ ਮੁੜਨ ਲੱਗੇ ਸੀ, ਕਿਉਂਕਿ ਰਾਸਤੇ ਦੇ ਵਿੱਚ ਹਲਕੇ ਹਲਕੇ ਪੱਥਰ ਜਿਹੜੇ ਸਾਡੀ ਗੱਡੀ ਤੋਂ ਦੂਰ ਸੀ ਵੈਸੇ, ਅਤੇ ਡਿੱਗੇ ਹੋਏ ਸੀਗੇ, ਦੇਖਦੇ ਸੀਗੇ, ਅਤੇ ਸਾਨੂੰ ਡਰ ਲੱਗਦਾ ਸੀ, ਪਰ ਫਿਰ ਵੀ ਅਸੀਂ
ਹੌਸਲਾ ਕੀਤਾ ਵੀ ਚਲੋ ਜਵਾਲਾ ਜੀ ਤੋਂ ਵਾਪਸ ਆ ਜਾਵਾਂਗੇ, ਪਰ ਉੱਥੇ ਜਾ ਕੇ ਦੇਖਿਆ ਤੇ ਮਾਹੌਲ ਬਣ ਗਿਆ ਗਾਂ ਠੀਕ ਠਾਕ ਸੀਗਾ ਸਾਰਾ ਕੁਛ, ਤੇ ਅਸੀਂ ਅੱਗੇ ਆ ਗਏ ਬਰਸਾਤਾਂ ਦੇ ਕਰਕੇ। ਮਾਹੌਲ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਹੈ। ਵੈਜਨਾਥ ਆ ਗਿਆ ਜੀ ਆਪਾਂ, ਪੁਰਾਣੀ ਸ਼ੈਲੀ ਚ ਬਣਿਆ ਹੋਇਆ ਮੰਦਿਰ ਤੁਸੀਂ ਦੇਖ ਸਕਦੇ ਹੋ। ਪੁਰਾਣਾ ਸ਼ਹਿਰ ਹੈ ਵੈਸੇ, ਆਹ ਦੇਖੋ ਪੁਰਾਣਾ ਮੰਦਿਰ ਬਣਿਆ ਹੋਇਆ ਇਧਰਲੇ ਪਾਸੇ ਵੀ। ਜਿਹੜਾ ਉੱਥੇ ਵੈਜਨਾਥ ਮੰਦਿਰ ਹੈ ਨਾ, ਉਹ ਵੀ ਬਹੁਤ ਪੁਰਾਣਾ ਦੱਸਦੇ, ਉਹਦੇ ਸੰਬੰਧ ਦੱਸਦੇ ਆ ਵੀ ਰਮਾਇਣ ਦੇ ਨਾਲ ਜੋੜਦੇ ਆ, ਰਮਾਇਣ ਦੇ ਨਾਲ ਹੀ ਜੋੜਦੇ ਆ। ਸਾਹਮਣੇ ਲਾਲ ਬੋਰਡ ਲੱਗਾ ਸ਼ਿਵ ਮੰਦਿਰ ਪ੍ਰੀਸ਼ਰ ਵੈਜਨਾਥ, ਇੱਥੇ ਹੈਗੀ ਆ ਪਾਰਕਿੰਗ ਵਗੈਰਾ ਲਗਾ ਕੇ, ਅੱਗੇ ਦੇਖਦੇ ਆਪਾਂ। ਮੌਸਮ ਦੇਖੋ ਇੱਕ ਵਾਰੀ ਵੈਜਨਾਥ ਦਾ, ਆ ਸਾਹਮਣੇ ਤੁਹਾਡੇ ਵੈਜਨਾਥ ਜੀ ਦਾ ਮੰਦਿਰ, ਬਹੁਤ ਪੁਰਾਣਾ ਮੰਦਿਰ ਹੈ। ਵਿਊ ਦੇਖੋ ਉਧਰਲੇ ਪਾਸੇ ਦਾ, ਬਹੁਤ ਸ਼ਾਨਦਾਰ ਜਗ੍ਹਾ 'ਤੇ ਇਹ ਮੰਦਿਰ ਸਥਾਪਿਤ ਹੋਇਆ, ਪੁਰਾਣੀ ਸ਼ੈਲੀ ਨਾਲ ਬਣਿਆ ਹੋਇਆ। ਪੱਥਰ ਦੇਖੋ, ਸਾਰਾ ਮੰਦਿਰ ਪੱਥਰ ਘੜ ਘੜ ਕੇ ਬਣਾਇਆ ਗਿਆ, ਤੁਸੀਂ ਦੇਖ ਹੀ ਸਕਦੇ ਹੋ। ਇਹ ਮੰਦਿਰ ਭੋਲੇ ਸ਼ੰਕਰ ਜੀ ਨੂੰ ਸਮਰਪਿਤ ਹੈ। ਕਿਹਾ ਜਾਂਦਾ ਕਿ ਰਾਵਣ ਨੇ ਜਦੋਂ ਭੋਲੇ ਸ਼ੰਕਰ ਜੀ ਦੀ ਤਪੱਸਿਆ ਕੀਤੀ ਹਿਮਾਲਿਆ ਵਿੱਚ ਬੈਠ ਕੇ, ਤਾਂ ਉਹਨਾਂ ਨੇ ਭੋਲੇ ਸ਼ੰਕਰ ਜੀ ਤੋਂ ਇੱਕ ਸ਼ਿਵਲਿੰਗ ਦੀ ਮੰਗ ਕੀਤੀ। ਭੋਲੇ ਸ਼ੰਕਰ ਜੀ ਨੇ ਉਹਦੀ ਤਪੱਸਿਆ ਤੋਂ ਖੁਸ਼ ਹੋ ਕੇ ਸ਼ਿਵਲਿੰਗ ਵਰਦਾਨ ਸਰੂਪ ਦੇ ਦਿੱਤਾ, ਜੋ ਕਿ ਇੱਥੇ ਸਥਾਪਿਤ ਹੈ। ਆ ਮੰਦਿਰ ਦਾ ਮੇਨ ਗੇਟ, ਜੈ ਭੋਲੇ ਸ਼ੰਕਰ। ਇਹ ਉਹੀ ਸ਼ਿਵਲਿੰਗ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜਾ ਰਾਵਣ ਨੂੰ ਭੋਲੇ ਸ਼ੰਕਰ ਜੀ ਨੇ ਸਵੈਮ ਦਿੱਤਾ ਸੀਗਾ ਸ਼੍ਰੀਲੰਕਾ 'ਚ ਸਥਾਪਿਤ ਕਰਨ ਵਾਸਤੇ। ਅਤੇ ਬਾਕੀ ਜਿਹੜੇ ਸੀਗੇ ਦੇਵੀ ਦੇਵਤੇ, ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਭੋਲੇ ਜੀ ਤੁਸੀਂ ਬਹੁਤ ਜਲਦੀ ਵਰਦਾਨ ਦੇ ਦਿੰਦੇ ਹੋ। ਅਤੇ ਸ਼ਿਵਜੀ ਮਹਾਰਾਜ ਜੀ ਨੇ ਰਾਵਣ ਨੂੰ ਕਿਹਾ ਸੀ ਕਿ ਅਗਰ ਇਹ ਸ਼ਿਵਲਿੰਗ ਤੂੰ ਰਾਸਤੇ ਦੇ ਵਿੱਚ ਕਿਤੇ ਵੀ ਰੱਖਿਆ, ਜਾਂ ਜਿੱਥੇ ਤੂੰ ਇੱਕ ਵਾਰੀ ਰੱਖੇਗਾ ਇਹ ਉੱਥੇ ਹੀ ਸਥਾਪਿਤ ਹੋ ਜਾਣਾ ਆ। ਤਾਂ ਰਾਵਣ ਇਸ ਜਗ੍ਹਾ 'ਤੇ ਜਦੋਂ ਆਇਆ ਤਾਂ ਉਹਨੂੰ ਲਘੂ ਸ਼ੰਕਾ ਲੱਗੀ, ਅਤੇ ਇਹ ਵੀ ਇੱਕ ਕਲਾ ਹੀ ਕਹਿ ਸਕਦੇ ਹਾਂ, ਕਲਾ ਕੀ ਨੇਚਰ ਗਿਰਿਆ ਵੈਸੇ ਤਾਂ। ਅਤੇ ਇੱਥੇ ਇੱਕ ਨਾ ਚਰਵਾਹਾ ਸੀਗਾ ਜੋ ਆਪਣੀਆਂ ਭੇਡਾਂ ਬੱਕਰੀਆਂ ਜਾਂ ਮੱਝਾਂ ਗਾਈਆਂ ਚਾਰਦਾ ਹੋਏਗਾ, ਜਿਹਦਾ ਨਾਂ ਬਿਰਜੂ ਸੀਗਾ। ਰਾਵਣ ਜੀ ਨੇ ਕੀ ਕੀਤਾ, ਬਿਰਜੂ ਨੂੰ ਇਹ ਸ਼ਿਵਲਿੰਗ ਫੜਾਇਆ ਕਿ ਥੱਲੇ ਨਾ ਰੱਖੀ, ਮੈਂ 2 ਮਿੰਟ 'ਚ ਵਾਪਸ ਆਇਆ। ਬਿਰਜੂ ਤੋਂ ਉਹਦਾ ਭਾਰ ਸੰਭਾਲਿਆ ਨਹੀਂ ਗਿਆ, ਉਹਨਾਂ ਨੇ ਸ਼ਿਵਲਿੰਗ ਨੂੰ ਇਸ ਜਗ੍ਹਾ 'ਤੇ ਰੱਖ ਦਿੱਤਾ, ਤਾਂ ਸ਼ਿਵਲਿੰਗ ਉਸੇ ਜਗ੍ਹਾ 'ਤੇ ਸਥਾਪਿਤ ਹੋ ਗਿਆ। ਅਤੇ ਰਾਵਣ ਆਣ ਕੇ ਕੋਸ਼ਿਸ਼ ਕੀਤੀ ਚੱਕਣ ਦੀ, ਪਰ ਉਹਨਾਂ ਕੋਲੋਂ ਹਿੱਲਿਆ ਨਹੀਂ, ਤਾਂ ਉਹ ਇੱਥੇ ਹੀ ਸਥਾਪਿਤ ਹੋ ਗਿਆ। ਅਤੇ ਰਾਵਣ ਜੀ ਉਸੇ ਤਰ੍ਹਾਂ ਹੀ ਸ਼੍ਰੀਲੰਕਾ 'ਚ ਚਲੇ ਗਏ, ਇਹ ਇੱਥੇ ਦੇ ਲੋਕਾਂ ਦਾ ਮੰਨਣਾ ਆ। ਉਸ ਤੋਂ ਬਾਅਦ ਫਿਰ ਇੱਥੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਇਸ ਮੰਦਿਰ ਦੀ ਸਥਾਪਨਾ ਕੀਤੀ ਕੁਛ ਟਾਈਮ ਬਾਅਦ, ਅਤੇ ਫਿਰ ਵੀ ਮਤਲਬ ਬਹੁਤ ਪੁਰਾਣਾ ਮੰਦਿਰ ਦੱਸਿਆ ਜਾਂਦਾ। ਕਢਾਈ ਦੇਖੋ, ਇਸ ਮੰਦਿਰ ਦਾ ਨਾਂ ਵੈਜਨਾਥ ਬਿਰਜੂ ਕਰਕੇ ਹੀ ਪਿਆ। ਸ਼ਿਵਲਿੰਗ ਮਹਾਰਾਜ ਜੀ ਦੀ ਜਿਹੜੀ ਸਥਾਪਨਾ ਬਿਰਜੂ ਦੇ ਹੱਥੋਂ ਹੋਈ ਸੀ, ਚਾਹੇ ਗਲਤੀ ਨਾ ਹੋਈ, ਚਾਹੇ ਅਚਾਨਕ ਹੋਈ, ਚਾਹੇ ਕੋਈ ਵਿਧੀ ਦਾ ਵਿਧਾਨ ਸੀਗਾ, ਇਸ ਕਰਕੇ ਇਹਦਾ ਨਾਂ ਵੈਜਨਾਥ ਨਾਂ ਨਾਲ ਜਾਣਿਆ ਜਾਂਦਾ। ਪੂਰਾ ਵਿਊ ਦੇਖੋ, ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿੰਨਾ ਪੁਰਾਣਾ ਮੰਦਿਰ
ਹੋ ਸਕਦਾ ਹੈ। ਨਾਲ ਨਦੀ ਆ, ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ, ਬਹੁਤ ਸੋਹਣਾ ਪਾਣੀ ਉੱਤੋਂ ਜਿਹੜਾ ਬਰਫ਼ ਦਾ ਨਾ ਖੁਰ ਖੁਰ ਕੇ ਆਉਂਦਾ ਆ। ਆਹ ਕੁਛ ਖੰਡਿਤ ਮੂਰਤੀਆਂ ਜਿਹੜੀਆਂ ਇੱਥੇ ਸਾਂਭ ਕੇ ਰੱਖੀਆਂ ਹੋਈਆਂ। ਅੰਮ੍ਰਿਤਸਰ ਦੀ ਦੂਜੀ ਸ਼ਹਿਰ ਸ਼ੈੱਡ ਬਣੀ ਹੋਈ ਆ, ਬਾਰਿਸ਼ਾਂ ਕਰਕੇ ਅਸੀਂ ਜੁਲਾਈ ਦੇ ਐਂਡ 'ਤੇ ਆਏ ਇੱਥੇ। ਆ ਜਾਓ ਹੁਣ ਬਾਹਰ ਚੱਲਦੇ ਆਪਾਂ। ਮੌਸਮ ਦੇਖੋ ਕਿੰਨਾ ਸੋਹਣਾ, ਬੱਦਲ, ਪਹਾੜ ਅਤੇ ਸਾਹਮਣੇ ਬੈਜਨਾਥ ਜੀ ਦਾ ਮੰਦਰ, ਉੱਪਰ ਝੂਲ ਦੇ ਝੰਡੇ। ਬਹੁਤ ਪੁਰਾਣਾ ਮੰਦਰ ਹੈ, ਪੱਥਰਾਂ ਨਾਲ ਹੀ ਬਣਿਆ, ਕਢਾਈ ਕੀਤੀ ਹੋਈ ਹੈ ਇਹਦੇ 'ਤੇ, ਅਤੇ ਕਾਫੀ ਲੋਕਾਂ ਦਾ ਆਉਣਾ ਜਾਣਾ ਬਣਿਆ ਹੋਇਆ ਇੱਥੇ। ਵਿਊ ਦੇਖੋ ਇੱਕ ਵਾਰੀ ਚਾਰੇ ਪਾਸੇ ਦਾ, ਪੂਰਾ ਬੱਦਲ ਹੀ ਬੱਦਲ। ਅੱਜ ਅਸੀਂ ਸਵੇਰ ਦਾ ਇੱਥੇ ਸੂਰਜ ਨਹੀਂ ਦੇਖਿਆ। ਆਹ ਦੇਖੋ ਆਹ ਜਿਹੜੇ ਸਾਹਮਣੇ ਪਹਾੜ ਹੈ ਨਾ, ਇਸ ਟਾਈਮ ਤਾਂ ਬੱਦਲ ਹੈ, ਇਹਦੇ ਬੱਦਲਾਂ ਦੇ ਪਰਲੇ ਪਾਸੇ, ਪਹਾੜਾਂ ਦੇ ਪਰਲੇ ਪਾਸੇ ਬਰਫ਼ ਵਾਲੇ ਪਹਾੜ ਦਿਖਾਈ ਦਿੰਦੇ ਹੁੰਦੇ, ਬਹੁਤ ਸੋਹਣਾ ਵਿਊ ਹੋ ਜਾਂਦਾ ਸੀ। ਆਹ ਦੇਖੋ ਇੱਧਰਲੇ ਪਾਸੇ ਤਾਂ ਬਾਰਿਸ਼ ਹੋ ਰਹੀ ਆ, ਆਹ ਦੇਖੋ ਬਾਰਿਸ਼ ਆ ਸਾਰੀ ਇੱਥੇ ਹੋ ਆ ਜਾਂਦੀ ਆ ਅਤੇ ਪੰਜਾਬ ਤੱਕ ਘੱਟ ਹੀ ਪਹੁੰਚਦੀ ਆ। ਆ ਜਾਓ ਇੱਧਰਲੇ ਪਾਸੇ, ਤੁਹਾਨੂੰ ਮੈਂ ਨਦੀ ਦਿਖਾ ਲਦਾ। ਇੱਥੇ ਯਾਰ ਜਦੋਂ ਮਰਜ਼ੀ ਆ ਜਾਓ, ਨਜ਼ਾਰੇ ਹੀ ਹੁੰਦੇ ਆ। ਇੱਥੇ ਬਹੁਤ ਸੋਹਣੇ ਪਾਰਕ ਬਣੇ ਆ, ਅੱਗੇ ਇੱਥੇ ਬਾੜਾਂ ਵਗੈਰਾ ਕੀਤੀਆਂ ਹੋਈਆਂ ਸੀ, ਹੁਣ ਪੱਧਰਾ ਕਰ ਦਿੱਤਾ। ਮੀਂਹ ਲੱਗਾ ਹੁਣ, ਪਾਰਕਿੰਗ 'ਚ ਵੀ ਸਾਨੂੰ ਜਗ੍ਹਾ ਨਹੀਂ ਮਿਲੀ ਸੀ ਗੱਡੀ ਲਾਉਣ ਦੀ, ਛਤਰੀਆਂ ਸਾਡੇ ਕੋਲ ਹੈਗੀਆਂ। ਅਤੇ ਜਲਦੀ ਜਲਦੀ ਮੈਂ ਤੁਹਾਨੂੰ ਇੱਧਰੋਂ ਨਦੀ ਦਾ ਵਿਊ ਦਿਖਾ ਦਿੰਦਾ, ਪਾਣੀ ਦੀ ਆਵਾਜ਼ ਤੁਸੀਂ ਸਾਫ਼ ਸੁਣ ਸਕਦੇ ਹੋ। ਆਹ ਦੇਖੋ ਇੱਧਰਲੇ ਪਾਸੇ ਇਹ ਸਾਰਾ ਪਾਣੀ ਇੰਨੇ ਇਕੱਠਾ ਹੋ ਕੇ ਗਾਂਹ ਦੀ ਗਾਂਹ ਜਾ ਕੇ ਜਿਹੜੀਆਂ ਵੱਡੀਆਂ ਨਦੀਆਂ ਹੈਗੀਆਂ ਜਿੱਦਾਂ ਸਤਲੁਜ, ਬਿਆਸ, ਉਹਨਾਂ 'ਚ ਪੈ ਜਾਂਦਾ। ਦੇਖੋ ਇੱਧਰਲੇ ਪਾਸੇ ਵਿਊ, ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਆ ਜਾਓ ਜੀ, ਲਓ ਜੀ ਮੀਂਹ ਦੇ ਨਜ਼ਾਰੇ ਦੇਖੋ, ਬੱਦਲ ਹੀ ਬੱਦਲ, ਸੋਹਣੇ ਸੋਹਣੇ ਪਹਾੜ। ਮੀਂਹ ਆ ਗਿਆ ਇਸ ਕਰਕੇ ਸਾਨੂੰ ਇੱਥੋਂ ਜਾਣਾ ਪੈ ਰਿਹਾ। ਦੇਖੋ ਜੀ ਨਜ਼ਾਰਾ ਬੈਜਨਾਥ ਦਾ ਮੰਦਰ, ਅਤੇ ਬੈਕ ਸਾਈਡ 'ਤੇ ਦੇਖੋ ਕਿੰਨੇ ਸੋਹਣਾ ਵਿਊ ਹੈ, ਸਾਰੇ ਪਾਸੇ ਬਾਰਿਸ਼ ਹੀ ਬਾਰਿਸ਼। ਅਤੇ ਇਹਦੇ ਨਾਲ ਹੀ ਜੀ ਹੁਣ ਬਾਰਿਸ਼ ਦੇ ਨਜ਼ਾਰੇ ਲੈ ਲਓ, ਪੰਜਾਬ 'ਚ ਤਾਂ ਆਪਣੇ ਨਹੀਂ ਹੋ ਰਹੇ। ਆ ਦੇਖੋ ਹੁਣ ਛਤਰੀ ਲੈ ਕੇ ਮੈਂ ਵੀਡੀਓ ਦੀ ਸਮਾਪਤੀ ਕਰਨ ਲੱਗਾ, ਅਤੇ ਵੀਡੀਓ ਦੀ ਸਮਾਪਤੀ ਹੈ ਜੀ। ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੁਹਾਨੂੰ ਵਿਊ ਬਹੁਤ ਸ਼ਾਨਦਾਰ ਦਿਖਾਉਣੇ ਜੀ, ਹੁਣ ਵੀ ਬਹੁਤ ਜ਼ਿਆਦਾ ਪੈਣ ਲੱਗ ਪਿਆ, ਇਸ ਕਰਕੇ ਸਾਨੂੰ ਇੱਥੇ ਬਲੌਗ ਸਮਾਪਤ ਕਰਦੇ ਹਾਂ। ਚੰਗਾ ਜੀ, ਮੀਂਹ ਦੇ ਨਜ਼ਾਰੇ ਲਓ।